ਬਖਸ਼ੀ ਸਿੰਘ ਜੀ, ਪੂਰੇ ਦੇਸ਼ ਦੇ ਵਿੱਚ GST ਜਿਹੜਾ ਹੈਗਾ ਉਹ ਭਾਜਪਾ ਦੀ ਸਰਕਾਰ ਵੱਲੋਂ ਲਾਗੂ ਕੀਤਾ ਗਿਆ। ਭਾਜਪਾ ਦੀ ਸਰਕਾਰ ਵੱਲੋਂ ਇੱਕ ਕਾਨੂੰਨ ਬਣਾ ਕੇ ਜਿਹੜਾ ਹੈਗਾ ਉਹ ਪੂਰੇ ਦੇਸ਼ ਦੇ ਅੰਦਰ ਲਿਆਂਦਾ ਗਿਆ। ਲੇਕਿਨ ਪਾਰਟੀ ਦੇ ਅੰਦਰ ਹੀ ਪਾਰਟੀ ਦੇ ਨੇਤਾ GST ਨੂੰ ਲੈ ਕੇ ਪਾਰਟੀ ਦੇ ਨੇਤਾਵਾਂ 'ਤੇ ਹੀ ਆਰੋਪ ਚੜ ਰਹੇ ਨੇ। ਉਹਨਾਂ ਦਾ ਕਹਿਣਾ ਕਿ ਜਿੱਥੇ ਸਰਕਾਰ ਕਹਿੰਦੀ ਹੈ ਵੀ ਅਸੀਂ GST ਦੇ ਰਾਹੀਂ ਲੋਕਾਂ ਦੀ ਦੀਵਾਲੀ ਪਹਿਲਾਂ ਬਣਾਤੀ ਹੈ, ਉਹ ਜਿਹੜੇ ਤੁਹਾਡੀ ਪਾਰਟੀ ਦੇ ਨੇਤਾ ਯਸ਼ਵੰਤ ਸਿਨਹਾ ਨੇ, ਉਹ ਕਹਿੰਦੇ ਨੇ ਕਿ ਇਸ GST ਨੇ ਦੇਸ਼ ਦਾ ਬੇੜਾ ਗਰਕ ਕਰਤਾ, ਦੀਵਾਲੀ ਦਿਵਾਲਾ ਕਰਤਾ। ਇਸ 'ਤੇ ਕੀ ਕਹਿਣਾ ਚਾਹੋ?